माशाल्लाह मुड़ सारे प्राण जी खुश रहो। अल्लाह करे आमीन। मुड़ मैंने दूध लिया दे। किन्नू पियानी दूध लिया दे? मुड़ दूध देनु कहनी है लिया दे। ओ बेचारा अन्ना है दूध लेवण जोगे। ओ उंज कमला है कितनी राच रोड़ा भी दा गुड्डू है तो बेचारा सारा दिन काम कर करके थकिया पिया हूं। मुड़ दूध लिया दे। मैं गुड्डू नु आना वा जे आ जावे उनन आवाज दियो। हां गुड्डू मोरी रोटी खा ले पहले काम बाद कर ली। मोरे भरजाई तू प्यार दे नाल कहनी है दिल खुश हो जांदा दूध ते की असि तेरे लिए मज चक ले आईए। बेचारा सारा दिन मोर काम करता रहंदा है। ओ बराबर हां जी लाला जी। ओ यार तू थोड़ी जी हिम्मत कर मैं आज पानी दी वाड़ी है मैं जाक बन्ने भी खोलने ने मोर। अच्छा 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 ਤਾਂ ਠੀਕ ਹੈ ਮੁੰਡਾ ਭਰਜਾਈ ਨੇ ਕਹਿ ਦਿੱਤਾ ਮੇਰੇ ਕੋ ਮਨਾ ਨਹੀਂ ਹੋਇਆ ਮੈਂ ਦੁੱਧ ਲਿਆ ਦੇ ਗੁੱਡੂ ਰੋਟੀ ਖਾ ਲੈਣੀ ਸੀ। ਓ ਵੀਰੇ ਜਿਨ੍ਹਾਂ ਦੇ ਸਿਰ ਤੇ ਮਿਹਨਤਾਂ ਦੇ ਭਾਰ ਪਏ ਹੁਣ ਉਹਨਾਂ ਦੇ ਨਸੀਬਾਂ ਤੇ ਰੋਟੀ ਕਿੱਥੇ। ਇੱਕ ਮੇਰਾ ਭਰਾ ਅੰਨਾ ਹੈ ਇੱਕ ਮੇਰਾ ਭਰਾ ਪਾਗਲ ਹੈ ਤੇ ਤੈਨੂੰ ਉਹਦੀ ਮੋਹਰਿਆਂ ਦਾ ਮਸਲਾ ਹੈ। ਗੁੱਡੂ ਤਨ ਤੇਰਾ ਹੌਸਲਾ ਹੈ ਸਾਰਾ ਦਿਨ ਸਾਹ ਨਹੀਂ ਲੈਂਦਾ। ਬਸ ਵੀਰੇ ਮੈਂ ਤੇਰੀ ਬਹਾਦਰੀ ਤੇ ਦਲੇਰੀ ਨੂੰ ਵੇਖ ਵੇਖ ਕੇ ਖੁਸ਼ ਹੁੰਦਾ ਰਹਿੰਦਾ। ਬਸ ਵੀਰੇ ਇੱਕ ਗੱਲ ਦਾ ਖਿਆਲ ਰੱਖਣਾ ਜੇ ਕਿਹੜੀ ਤੁਹਾਡੀ ਫੈਮਿਲੀ ਬਣ ਗਈ ਹੈ। हां बिल्कुल ਹੁਣ ਅਸੀਂ ਇਹ ਗਰੀਬਣੀ ਦੇ ਚਾਚੇ ਲੱਗੇ ਆ। ਬਿਲਕੁਲ ਚਾਚੇ ਲੱਗੇ ਹੋ ਹੁਣ ਛਰੀਕੇ ਬਾਦੀ ਨਾ ਗੜਿਆ ਜੇ ਸਾਡੇ ਕੋਲ ਦਾ ਦਿੱਤਾ ਬਹੁਤ ਕੁਝ ਹੈ ਜ਼ਮੀਨਾਂ ਜੇ ਦਾਤਾ ਉਹ ਮੇਰੇ ਨਾਮ ਹੈ ਤੇ ਮੈਂ ਕਿਹੜੀ ਗੱਲ ਪਿਆ ਕਰਨਾ ਨਾਮ ਕਰ ਦੇਣਾ ਬਾਬਾ ਜੀ ਨੇ ਮੇਰੇ ਨਾਂ ਸਾਰੀ ਜ਼ਮੀਨ ਲਾ ਕੇ ਗਏ। ਚਲ ਮੇਰੇ ਗੁੱਡੂ ਬਾਜੋ ਗੱਲਾਂ ਕਰ ਲੈ ਨਾ ਦੁੱਧ ਲਾ ਯਾ ਰੋਟੀ ਖਾ ਲੋ। ਚਲੋ ਫਿਰ ਮੈਂ ਉੱਥੇ ਜਾ ਦੇਣਾ ਤੁਹਾਨੂੰ। ਗੁੱਡੂ ਛਰੀਕੇ ਦੀਆਂ ਗੱਲਾਂ ਤੁਹਾਡੀ ਵੀ ਆਵਾਜ਼ ਨਹੀਂ ਆਇਆ। ਮੋਰ ਗੱਲ ਤੇ ਸੁਣੋ ਕਿੱਥੇ ਚੱਲੇ ਹੋ? ਖੈਰ ਤਈ ਕੰਮ ਜਾਂਦਾ ਪਿਆ ਸਾ। ਹਾਂ ਖੈਰ ਹੀ ਹੈ। ਹਾਂ ਦੱਸ। ਸਾਰੀ ਜ਼ਮੀਨ ਗੁੱਡੂ ਦੇ ਨਾਂ ਹੈ ਮੋੜ ਆਪਣੇ ਨਾਂ ਵੀ ਕਰਵਾ ਲੋ। ਯਾਰ ਵੇਖ ਅਸੀਂ ਦੋ ਮਾਵਾਂ ਦੀ ਔਲਾਦ ਆ। ਉਹ ਬੁੱਢਾ ਸਾਡਾ ਜਿਹੜਾ ਹੈ ਸਾਰੀ ਜ਼ਮੀਨ ਗੁੱਡੂ ਦੇ ਨਾਂ ਵਿੱਚ ਲਵਾ ਗਿਆ ਹੈ। ਥੋੜੀ ਲਵਾ ਲੋ ਆਪਣੇ ਨਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਸੋਰ ਜਾਏਗੀ। ਹਾਂ ਮੇਰੇ ਦਿਲ 'ਚ ਹੈ ਤੇ ਸਹੀ ਪਰ ਵੇਖੋ ਉਹਨੂੰ ਗੁੱਡੂ ਮੰਨਦਾ ਹੈ ਕਿ ਨਹੀਂ। ਪਿਆਰ ਨਾਲ ਹੀ ਉਹਨੂੰ ਮਨਾਵਾਂਗੇ। ਚਲੋ ਮੜ ਗੱਲ ਕਰਕੇ ਵੇਖ ਲੋ। ਹਾਂ ਕਰਨੇ ਆ ਗੱਲ ਉਹਦੇ ਨਾਲ ਬਣਦੀ ਵੀ ਹੈ। ਚਲੋ ਠੀਕ ਹੈ ਰੱਬ ਰੱਖਾ ਜਾਂਦਾ ਪਿਆ। ਚਲੋ ਮੜ ਮੈਂ ਵੀ ਨਹੀਂ ਜ਼ਮੀਨ ਛੱਡਦੀ ਮੈਂ ਤੇ ਨਾ ਕਰਾ ਕੇ ਛੱਡੂ। ਗੁੱਡੂ ਵੀਰੇ ਜੀ ਵੀਰੇ ਮੈਂ ਸੋਚਣਾ ਵਾਂ ਕਿ ਮੈਨੂੰ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ। ਹੁਕਮ ਤਾਂ ਕਰ ਵੀਰੇ। ਮੈਂ ਤੇ ਇਹੀ ਕਹਿਣਾ ਵਾਂ ਕਿ ਜਿਹੜੀ ਇਹ ਜ਼ਮੀਨ ਹੈ ਵੇ ਇਹ ਸਾਡੇ ਚੌਵਾਂ ਭਰਾਵਾਂ ਦਾ ਜਿਹੜਾ ਜਿਹੜਾ ਹਿੱਸਾ ਹੁੰਦਾ ਜਿੰਨਾ ਜਿੰਨਾ ਉਹ ਸਾਡੇ ਨਾਂ ਲੱਗ ਜਾਵੇ। ਵੀਰੇ ਸਭ ਕੁਝ ਤੁਹਾਡਾ ਹੈ ਮੈਂ ਕਿਹੜਾ ਕਿਤੇ ਲੈ ਜਾਣਾ। ਔਰ ਮੇਰੀ ਮਾਂ ਨੇ ਇਹ ਨਸੀਹਤ ਕੀਤੀ ਸੀ ਮਰਦੇ ਵੇਲੇ ਕਿ ਜ਼ਮੀਨ ਕਿਸੇ ਦੇ ਨਾਂ ਨਹੀਂ ਲਵਾਉਣੀ। ਤੁਹਾਡਾ ਹੀ ਹੈ ਸਭ ਕੁਝ ਮੰਗ ਲਿਆ ਕਰੋ ਮੋਰ ਜੋ ਚਾਹੀਦਾ ਹੈ ਮੰਗ ਲਿਆ ਕਰੋ ਮੈਂ ਕਿਹੜਾ ਕਿਤੇ ਲੈ ਕੇ ਤੁਰ ਜਾਣਾ। ਤਾਂ ਹੀ ਤੇ ਹੀ ਸੀ ਅੱਜ ਆਪਣੀ ਮਾਂ ਨੂੰ ਪੋਸਨੇ ਆ। ਸਾਡੀ ਮਾਂ ਵੀ ਇੰਜ ਕਿਧਰੇ ਚੌਧਰੀਆਂ ਦੀ ਹੁੰਦੀ ਉਹਦੀ ਵੀ ਜ਼ਮੀਨ ਹੁੰਦੀ ਤੇ ਅੱਜ ਸਾਡੇ ਨਾਂ ਆਉਂਦੀ ਤੇ ਰੱਜ ਕੇ ਖਾਂਦੇ ਨਾ ਤੇਰੇ ਵਰਗੇ ਭਰਾ ਦੇ ਤਰਲੇ ਕਰਦੇ ਨਾ ਤਰਲੇ ਕਰਦੇ। ਯਾਰ ਲਾਲਾ ਇਹ ਕੀ ਸਾਡੇ ਨਾਲ ਸ਼ਰੀਕੇਬਾਜ਼ੀ ਕੁੱਟਦਾ ਰਹਿੰਦਾ ਹਰ ਵੇਲੇ ਜ਼ਮੀਨ ਸਾਡੀ ਹੈ ਸ਼ਰੀਕੇਬਾਜ਼ੀ ਇਹ ਪੇ ਕੁੱਟਦਾ ਰਹਿੰਦਾ। ਅਨ ਕੱਲ ਕੋਨ ਕੀਤੀ ਆ ਪਤਾਈ ਤਾਂ ਕੰਮ ਹੈ ਦਇਆ ਮੰਤੀ ਤੇਰੀ ਤਾਂ ਲਾਨਾ ਆ ਪਤਾਈ ਨ ਕਿਆ ਤੂੰ ਸੱਚ ਕਹਿੰਦਾ। ਹਾਂ ਵੀਰੇ ਭਰਜਾਈ ਦਾ ਕੰਮ ਹੈ ਆ ਪਤਾਈ ਦਾ ਕੰਮ ਨਾਲੇ ਅਸੀਂ ਕਿਹੜੀ ਜ਼ਮੀਨ ਲੈ ਜਾਣੀ ਯਾਰ ਨਾ ਤੇਰੇ ਨਾਂ ਲੱਗੀ ਹੈ ਨਾ ਉਹਦੇ ਨਾਂ ਲੱਗੀ ਹੈ ਅਤੇ ਉਹ ਉਂਝ ਸਾਡਾ ਬਰਾ ਕੌਣ ਨਹੀਂ ਅਤੇ ਅੰਮੀ ਨਸੀਹਤ ਕਰਕੇ ਗਈ ਹੈ ਅਤੇ ਮੈਂ ਮੁੜ ਨਸੀਹਤ 'ਤੇ ਉਤਰ ਵੀ ਨਹੀਂ ਸਕਦਾ। ਨਹੀਂ ਯਾਰ ਭਰਜਾਈ ਦਾ ਕੰਮ ਉਹ ਨਹੀਂ ਗੱਲ ਭਰਜਾਈ ਦਾ ਕੰਮ ਹੈ ਅਤੇ ਫਿਰ ਭਰਜਾਈ ਜਾਣੇ ਚਲਾ ਪਾਣੀ ਪੂਣੀ ਪੀਏ ਰੋਟੀ ਰੋਟੀ ਖਾਈਏ ਟਾਈਮ ਹੋ ਗਿਆ। ਕੀ ਹੋਇਆ ਮੋੜੀ ਨਾ ਪਰੇਸ਼ਾਨ ਹੋ? ਪਰੇਸ਼ਾਨ ਕਿਉਂ ਨਾ ਹੋਵਾਂ ਰਾਣੋ, ਅੱਜ ਫੇਰ ਗੁੱਡੂ ਨੇ ਜ਼ਮੀਨ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਤੇ ਤੁਹਾਨੂੰ ਮੁੜ ਪਹਿਲੇ ਹੀ ਕਿਹਾ ਸੀ ਜ਼ਮੀਨ ਆਪਣੇ ਨਾਲ ਵਾਲੋ ਉਹਨੇ ਕਰਨੀ ਸੀ ਨਾ। ਸੱਚੀ ਸੈ ਰਾਣੋ ਤੂੰ ਸੱਚੀ ਸੈ। ਹੁਣ ਕੀ ਕਹਿ ਸਕਦੀ ਹਾਂ ਮੈਂ?
ਇਹ ਤੇ ਹੁਣ ਮੈਨੂੰ ਪਤਾ ਨਾ, ਮੇਰੇ ਅੰਦਰ ਵੀ ਇੰਨਾ ਕੁ ਜ਼ਹਿਰ ਭਰਿਆ ਹੋਇਆ। ਇਸ ਗੁੱਡੂ ਨੇ ਇੱਕ ਸ਼ਹਿਰ ਦੇ ਛੱਤੇ ਨੂੰ ਵੱਟਾ ਮਾਰਿਆ ਤੇ ਇਹਦਾ ਅੰਜਾਮ ਇੰਨਾ ਕੁ ਬੁਰਾ ਹੋਵੇਗਾ, ਇਹ ਯਾਦ ਰੱਖੇਗਾ, ਯਾਦ ਰੱਖੇਗਾ, ਨਾ ਮੈਂ ਲਵਾ ਕੇ ਰਵਾਂਗਾ। ਰਾ ਗੁੱਡੂ ਜੀ, ਗੱਲ ਕਰਨ ਲੱਗਾ, ਮੁੜ ਵੀ ਸਾਡਾ ਵੱਡਾ ਵਿਰਾ ਹੈ, ਜ਼ਮੀਨ ਸਾਡੇ ਪਿਓ ਦੇ ਨਾਂ ਆਈ ਤੇ ਮਾਂ ਦੇ, ਨਾ ਪਿਓ ਨਾਲ ਲੈ ਗਿਆ ਨਾ ਮਾਂ ਲੈ ਗਈ, ਮਾਂ ਪਿਓ ਮਰ ਗਿਆ, ਵੱਡਾ ਵਿਰਾ ਹੈ, ਜ਼ਮੀਨ ਉਹਦੇ ਨਾਂ ਕਰ ਦਈਏ, ਨਾ ਤੇਰੀ ਸ਼ਾਦੀ ਹੋਈ ਹੈ ਨਾ ਸਾਡੀ ਹੋਈ ਹੈ, ਬੁੱਢੀ ਹੋ ਗਏ ਹਾਂ, ਵੱਡਾ ਵਿਰਾ ਉਹਦੇ ਨਾਂ ਕਰ ਦੇ, ਅੱਲਾ ਹੁੰਦੀ ਪੁੱਤਰ ਦੇ ਸੀ, ਜੇ ਰੋਟੀ ਦਿੱਤੀ ਉਸ ਤਾਂ ਖਾਂਦੇ ਸਾਂ, ਜੇ ਨਾ ਦਿੱਤੀ ਉਸ ਤਾਂ ਵੀ ਵੇਖ ਬਸਾਂ, ਉਹ ਰਾਜੀ ਹੋ ਜਾ ਸੀ ਸਾਡਾ ਵੱਡਾ ਵਿਰਾ। ਮੁੜ ਭਰਾ, ਭਰਾ ਤਾਂ ਸਾਡਾ ਹੀ ਹੈ, ਮੁੜ ਵਰਜਾਈ ਬਹੁਤ ਜ਼ਾਲਮ ਹੈ, ਜ਼ਮੀਨ ਲੱਗ ਗਈ ਉਹਨੇ ਸਾਨੂੰ ਮੂੰਹ ਨਹੀਂ ਲਾਉਣਾ। ਚਲੋ ਜੋ ਨਸੀਬ ਹੋਇਆ ਡਿੱਠਾ ਜਾਪਸੀ, ਪਰ ਇੱਕ ਵਾਰੀ ਸੋਚ ਲਵੋ, ਜ਼ਮੀਨ ਲਵਾਉਣ ਤੋਂ ਪਹਿਲਾਂ ਇੱਕ ਵਾਰੀ ਲਵਾ ਦਈਏ ਕਿ ਰਹਿਣ ਦਈਏ, ਤੂੰ ਦੱਸ ਬਈ। ਨਰੇ ਭਰਾਵਾ, ਤੁਮੇਂ ਨਾ ਭਰਾ ਤੇ ਨਾਲ ਤੇਰੇ ਘਰ ਲਾੜੀ ਹੋਰੇ ਤਾਂ ਕਰੇ ਹੁਣ, ਭਾਬੀ ਲਾੜੀ ਕਰੇ ਲੋਤੀ ਬੰਨ ਨਾ ਦੇ, ਯਾਰ ਉਹ ਤਾਂ ਕੀ ਕਰਨਾ ਹੈ, ਤੂੰ ਠੀਕ ਕਹਿਣਾ ਵੀਰੇ, ਜ਼ਮੀਨ ਰੋਤੇ ਨਾ ਲਾ ਦੇ ਭਰਾ। ਗੁੱਡੂ ਭਾਈ ਕੀ ਕਰਨੀ ਜ਼ਮੀਨ, ਉਹ ਰੋਟੀ ਪਾਣੀ ਵਿਰਾ ਵੱਡੇ ਕੋਲੋਂ ਖਾਂਦੇ ਪਏ ਆ, ਇੱਜ਼ਤ ਦਾ ਖਾਵੀਏ ਜਾਂ ਬੇਇੱਜ਼ਤੀ ਦਾ ਖਾਵੀਏ, ਦੇ ਤਾਂ ਰਿਹਾ ਨਾ ਸਨ, ਅਸੀਂ ਇਸੇ ਖਾਤਰ ਹੁਣ ਉਹਦੇ ਨਾਲ ਲਵਾ ਦਿੰਦੇ ਹਾਂ ਜ਼ਮੀਨ। ਚਲੋ ਠੀਕ ਹੈ ਫਿਰ, ਮੁੜ ਤੁਹਾਡੀ ਮੰਨ ਲੈਣਾ, ਬਾਅਦ ਵਿੱਚ ਜ਼ਿੰਮੇਦਾਰ ਤੁਸੀਂ ਹੋਣਾ ਜੇ ਖੈਰ ਹੋਵੇ, ਇਨਸ਼ਾਅੱਲਾ ਅਸੀਂ ਬਣ ਜਾਵਾਂਗੇ। ਚਲੋ ਫਿਰ ਚਲਾ ਜਾ। ਰਾਣੋ, ਹਾਂਜੀ, ਜ਼ਮੀਨ ਤੇ ਹੁਣ ਸਾਡੇ ਨਾਮੇ ਲੱਗ ਹੀ ਗਈ ਹੈ, ਬਸ ਵੇਖ ਲਓ, ਪਰ ਇੱਕ ਗੱਲ ਦਾ ਖਿਆਲ ਰੱਖੀ। ਹਾਂਜੀ, ਹੁਣ ਮੇਰੇ ਭਰਾਵਾਂ ਨੂੰ ਕੋਈ ਤੂੰ ਤਲਖ ਕਲਾਮੀ ਨਾਲ ਕੁਆਨਾ ਬੁਲਾਣਾ ਨਹੀਂ, ਠੀਕ ਹੈ? ਨਹੀਂ, ਰੋਟੀ ਪਾਣੀ ਉਹਨਾਂ ਨੂੰ ਦਿੰਦਿਆਂ ਰਹਿਣਾ, ਠੀਕ ਹੈ? ਮੈਂ ਮੁੜ ਦਿੰਦੀ ਰਵਾਂ। ਖਿਆਲ ਰੱਖੀ, ਬੜਾ ਚੰਗਾ ਕੀਤਾ ਉਹਨਾਂ ਨੇ ਸਾਡੇ ਨਾਲ ਲਵਾ ਕੇ। ਚੱਲ ਬੁਲਾ ਕੇ ਲਿਆਨੀ ਆ ਮੁੜ ਤਾਰੇ ਨੂੰ, ਤੂੰ ਖਾ ਮੇਰਾ, ਤੇਰੇ ਮੋੜਾ ਦਿਮਾਗ ਨੀ ਆ ਮੁੜ, ਸ਼ਰੀਕ ਨਾ ਹੋਣ ਤੇ। ਓਏ ਲਾਲਾ ਜੀ, ਲਾਲਾ ਤੇਰੇ ਨਾਲ ਮੈਂ ਇੱਕ ਜ਼ਰੂਰੀ ਗੱਲ ਕਰਨੀ ਹੈ। ਲਾਲਾ ਕਰ ਗੱਲ। ਉਹ ਮੁਰ ਲਾਲਾ, ਕੀ ਸਾਡੀ ਜ਼ਿੰਦਗੀ ਹੈ ਯਾਰ, ਮਾਂ ਨਹੀਂ ਰਹੀ, ਉਹ ਤੋਂ ਬਾਅਦ ਰੱਬ ਨੇ ਸਾਡਾ ਪਿਓ ਵੀ ਖੋ ਲਿਆ। ਲਾਲਾ ਜੀ, ਲਾਲਾ ਸਾਡਾ ਕੀ ਬਣੇਗਾ ਹੁਣ, ਉਹ ਨਾ ਸਾਨੂੰ ਕੋਈ ਰੋਟੀ ਪੁੱਛਦਾ, ਨਾ ਸਾਨੂੰ ਕੋਈ ਪਾਣੀ ਪੁੱਛਦਾ, ਓਏ ਉਹ ਵੱਡਾ ਬਰਾ ਤਾਰਾ, ਓਏ ਉਹਨੇ ਬੜੀ ਚਲਾਕੀ ਦੇ ਨਾਲ ਤਰਾਏ ਡੰਗਰ ਲਾ ਲੈਣੇ, ਸਾਨੂੰ ਇੱਕ ਹੀ ਡੰਗਰ ਤਿੰਨਾਂ ਭਰਾਵਾਂ ਨੂੰ ਦਿੱਤਾ, ਹਾਲਾਂਕਿ ਇੱਕ ਇੱਕ ਡੰਗਰ ਆਉਣਾ ਚਾਹੀਦਾ ਸੀ। ਅੱਜ ਬਰਜਾਈ ਨੇ ਮੇਰੇ ਨਾਲ ਮੁੜ ਬਹੁਤ ਬੈੜੀ ਕੀਤੀ ਹੈ। ਲਾਲਾ, ਬਰਜਾਈ ਨੇ ਮੇਰੇ ਨਾਲ ਵੀ ਬਹੁਤ ਬੈੜੀ ਕੀਤੀ ਹੈ, ਮੈਂ ਰੋਟੀ ਮੰਗੀ, ਉਹਨੇ ਮੇਰੇ ਹੱਥ ਚਿਮਟਾ ਫੜਾ ਦਿੱਤਾ ਗਰਮ ਗਰਮ। ਓਏ ਲਾਲਾ, ਇੰਨਾ ਜ਼ੁਲਮ, ਓਏ ਇੰਨਾ ਜ਼ੁਲਮ। ਓਏ ਲਾਲਾ, ਪਤਾ ਇਹਨਾਂ ਨੇ ਹੱਥ ਮੇਰੇ ਨਾਲ ਹੀ ਬੜੀ ਭੈੜੀ ਕੀਤੀ, ਮੈਂ ਲੋਤੀ ਮੰਗੀ ਹੈ, ਉਹਨੇ ਮੈਨੂੰ ਲੋਤੀ ਨਹੀਂ ਦਿੱਤੀ। ਲਾਲਾ, ਬਰਜਾਈ ਸ਼ਰੀਕਾਂ ਵਾਲੀ ਕਰ ਰਹੀ, ਦਿਸਦਾ ਤਾਂ ਮੈਨੂੰ ਕੋਈ ਨਹੀਂ। ਲਾਲਾ, ਮੈਂ ਪਾਣੀ ਮੰਗਿਆ, ਉਹਨੇ ਮੇਰੇ ਉੱਤੇ ਬੀਟ ਦਿੱਤਾ। ਯਾਰ ਮੇਰੇ ਖੁਦਾ, ਕਿਹੜਾ ਇਮਤਿਹਾਨ ਲੈਣਾ ਪਿਆ ਮੈਂ ਸਾਡੇ ਕੋਲੋਂ, ਕਿਹੜਾ ਇਮਤਿਹਾਨ ਲੈਣਾ ਪਿਆ ਸਾਡੇ ਕੋਲੋਂ, ਇੱਕ ਭਰਾ ਮੇਰਾ ਅੰਨਾ ਹੈ ਅਤੇ ਇੱਕ ਭਰਾ ਮੇਰਾ ਉਂਝ ਪਾਗਲ ਹੈ। ਯਾਰ ਮੇਰੇ ਖੁਦਾ, ਅਗਰ ਮਾਂ ਲੈ ਗਿਆ ਤਾਂ ਪਿਓ ਰਹਿਣ ਦਿੰਦਾ,
खैर तेरी कुत्ते को गल भी पैनी अज की गल होई है गल ना पवा ते की करा तेरे भरा हर टाइम लड़दे रहंदे ने मेरे भरा लड़दे रहंदे ने क्यों की होया आज भी गाईयां को पट्ठे चोक के दूसरी गाईयां के पाते ने ते गाई तेरे प्यो दिया ने पट्ठी तेरे प्यो दे ने प्यो दिया नहीं ते हर टाइम लड़दे रहंदे ने मुड़ ओ पागले मेरी गल सुन डंगर भी उन्हां दे ने जेड़े असीं सांभी फिरने आ आ जेड़ी कोई चप्पा जमीन दा ए भी उन्हां दा उन्हां दा हक ते असीं खादी फिरने आ ਉਹ ਨਾ ਹੋਵੇ ਕਿਰੇ ਕਚਹਿਰੀਆਂ ਜਾ ਕੇ ਆਪਣੇ ਅਦਾਲਤ ਪੇਸ਼ ਹੋ ਜਾਣ ਤੂੰ ਛੱਡ ਹੈਗਾ ਇਹਨਾਂ ਗੱਲਾਂ ਨੂੰ ਤੂੰ ਗੱਲ ਨਹੀਂ ਕਰਨੀ ਹੁਣ ਮੈਂ ਆਪੇ ਉਹਨਾਂ ਨਾਲ ਕਰ ਲਈ ਸਾਂ ਤੇ ਤੂੰ ਰੋਟੀ ਪਕਾ ਤੇ ਮੈਂ ਆਉਣਾ ਪਿਆ ਮੁੜ ਪੁੱਛ ਠੀਕ ਹੈ ਮੁੜ ਮੁੜ ਕੀ ਕਰਾਂ ਹਾਂਡੀ ਰੋਟੀ ਵੀ ਕਰਾਂ ਮੁੜ ਗੱਲਾਂ ਵੀ ਸੁਣਾ ਉਹ ਤੂੰ ਅੱਗ ਵੀ ਨਹੀਂ ਮੁੜ ਬਲਦੀ ਅੱਗ ਲਾਵਾਂ ਉਹ ਇਹ ਕੰਮ ਨੂੰ ਕੀ ਗੱਲ ਭਾਗਵਾਨ ਬੜਾ ਰੌਲਾ ਪਾਈ ਫਿਰਨੀ ਹੈ ਕੀ ਕਰਾਂ ਨਾਲੇ ਕੰਮ ਕਰਾਂ ਨਾਲੇ ਗੱਲਾਂ ਸੁਣਾ ਤੇਰੇ ਭਰਾਵਾਂ ਦੀਆਂ ਉਹ ਸ਼ਦੈਨ ਤੂੰ ਮੇਰੇ ਮਤਰੇ ਭਰਾ ਨੇ ਉਹਨਾਂ ਦਾ ਅੱਗ ਖਾਦੀ ਫਿਰਦੇ ਆ ਤੇ ਤੂੰ ਉਹਨਾਂ ਚੋਂ ਇੱਕ ਦਾ ਵਿਆਹ ਕਿਉਂ ਨਹੀਂ ਕਰਵਾ ਦਿੰਦੀ ਮੈਂ ਕਿਉਂ ਵਿਆਹ ਕਰਾਵਾਂ ਇੱਕ ਤੇ ਪਾਗਲ ਏ ਉਹ ਜਿਹੜਾ ਸਹੀ ਉਹਦੇ ਵਾਸਤੇ ਤੇ ਲਾਇਆ ਤੇਰੀ ਭੈਣ ਹੀ ਹੋਣੀ ਹੈ ਖੁਸ਼ ਰਹੇਗੀ ਇਸ ਘਰ 'ਚ ਦੋਵੇਂ ਭੈਣਾਂ ਹੋ ਜਾਓਗੀਆਂ ਭੈਣ ਤੇ ਮੇਰੀ ਆ ਹੀ ਆਏਗੀ ਮੁੜ ਉਹਦੀ ਜ਼ਬਾਨ ਨਹੀਂ ਆਪਣੀ ਵੀ ਉਹ ਤੂੰ ਸ਼ਰੀਕੇ ਬਾਜ਼ੀਆਂ ਬੰਦ ਕਰੇ ਤੇ ਉਹ ਕਰਨ ਨਾ ਸਾਰੀਆਂ ਕਸੂਤਾਂ ਤੇਰੀਆਂ ਨੇ ਮੇਰੀਆਂ ਸ਼ਰੀਕੇ ਬਾਜ਼ੀਆਂ ਬੰਦੀ ਨੇ ਮੁੜ ਉਹ ਬੜਾ ਹੋਏਗਾ ਮੇਰੀ ਭੈਣ ਨੂੰ ਉਹਨੇ ਜੀਣ ਨਹੀਂ ਦੇਣਾ ਵੀ ਜੀਣ ਕਿਉਂ ਨਹੀਂ ਦੇਣਾ ਉਹ ਸੋਹਣੀ ਟੁੱਕਰ ਦੀ ਬੁਰਕੀ ਖਾਂਦੇ ਨੇ ਉਹ ਚੰਗਾ ਸੋਹਣਾ ਸੁਨੱਖਾ ਹੈ ਉਹਦੀ ਵੀ ਬਿਲਕੁਲ ਠੀਕ ਠਾਕ ਹੈ ਦੂਜਿਆਂ ਵਾਸਤੇ ਮੈਂ ਤੈਨੂੰ ਕੋ ਨਹੀਂ ਆਉਂਦਾ ਮੁੜ ਮੈਂ ਨਹੀਂ ਕਰਵਾਉਣਾ ਉਹ ਬਹਾਨੇ ਵੀ ਹੁੰਦੇ ਨੇ ਸ਼ਦੈਣੇ ਜੀ ਇਹ ਖਾਣ ਦਾ ਕੋਈ ਢੰਗ ਵੀ ਹੁੰਦਾ ਉਹ ਇਹਨੇ ਨਾਲੇ ਖੁਸ਼ ਹੋ ਜਾਏਗਾ ਵੀ ਭਾਬੀ ਨੇ ਮੇਰਾ ਵਿਆਹ ਕਰਵਾ ਦਿੱਤਾ ਨਹੀਂ ਮੁੜ ਮੈਂ ਨਹੀਂ ਕਰਵਾਉਣਾ ਭੈਣ ਜੀ ਨਾ ਬੈਠੇ ਮਿੰਟ ਲਾਸ ਹੋਲਾ ਭਾਗਣਾ ਲੱਗਾ ਬਰਜਾਈ ਨਾ ਰੋਟੀ ਦਿੰਦੀ ਨਾ ਪਾਣੀ ਦਿੰਦੀ ਦਿੱਤਾ ਕੋਈ ਨਾ ਸਾਰੀ ਦਿਹਾੜੀ ਬਹਿ ਬਹਿ ਕੇ ਬੰਦਾ ਉਹ ਮੁੜ ਸਾਨੂੰ ਕਿਹੜੀ ਰੋਟੀ ਮਿਲਦੀ ਏ ਮੈਂ ਕੀ ਕਰਾਂ ਮੁੜ ਮੈਂ ਸਾਰੀ ਦਿਹਾੜੀ ਜਾਂਦਾ ਤੈਨੂੰ ਦਿਸਦਾ ਕੋਈ ਨਹੀਂ ਹੈ ਇਹ ਉਂਝ ਪਾਗਲ ਮੈਂ ਇਕੱਲਾ ਸਾਰੀ ਜ਼ਮੀਨ ਵੜਨਾ ਵਾਂ ਉਹ ਤਾਂ ਮੈਂ ਕੀ ਕਰਾਂ ਜੇ ਮੈਂ ਵਿਆਹ ਦੀ ਸੋਚਣਾ ਵਾਂ ਤੇ ਰਿਸ਼ਤੇ ਵੇਖਣ ਵਾਲੇ ਆ ਜਾਂਦੇ ਨੇ ਇੰਨੀ ਵਾਰੀ ਮੇਰੀ ਜ਼ਮੀਨ ਹੈ ਜ਼ਮੀਨ ਨੂੰ ਸਿਰ ਤੇ ਮਾਰਨਾ ਉਹ ਆਉਂਦੇ ਨੇ ਬੜਾ ਭਰਜਾਈ ਲਿਆਓ ਬੜਾ ਭਰਜਾਈ ਮੇਰੇ ਨਾਲ ਨਹੀਂ ਰਲਦੇ ਉਹ ਰਿਸ਼ਤਾ ਵੇਖਣ ਵਾਲੇ ਤੁਰ ਜਾਂਦੇ ਨੇ अपना टोका नहीं लगा उधर मोड़ बत्ती गई है मैं इधर कुतरने ने बत्ती गई है तो फिर आ मेरे मेहनत दा है मेरी मेहनत दी कमाई है इधर मोड़ हाथ ना कुतर लेने है मैं ओ जे कूड़ा पियो किने चुकना है अगे मैं चुक दी तेरी मां चुक दी ओए मां मरी तक ना पहुंच तिन मैं कह दिता ही इधर मोड़ मेरी साइकिल पई सी किने चुकी है ओ तेरी मां चुक के ला गई होनी है मेरी मां तक ना पहुंच हुन साल लगे मां तक ना पहुंच तू कतो पहुंची है मां तक ना पहुंच मैं जुत्ती मारनी है मार के वहां जुत्ती मारनी है ते खावांगे ले की रोला है ओए तू मैं अपनी जुबान बंद करके रख दोबारा मेरी मां तक ना पहुंची अगर मैं तेरे आगे हाथ चुक देंदा फिर की कर छोड़ मेनू ਬਰਜਾਈਏ ਮਾਂ ਸਾਡੀ ਅੱਗੇ ਮਰ ਗਈ ਨਾ ਰੋਟੀ ਦਿੰਦੇ ਨਾ ਪਾਣੀ ਦਿੰਦੇ ਵਿਆਖੀ ਹੋਣੀਆਂ ਵਿਰਾਹ ਦੀ ਸ਼ਾਦੀ ਕਰ ਲੈਂਦੀ ਤੁਸੀਂ ਵੀ ਸਾਨੂੰ ਝਿੜਕੀ ਮਾਰੀ ਰੱਖਦੀ ਹੋ ਮੋੜਾ ਜੇ ਤੁਸੀਂ ਸਾਰੇ ਲੱਖ ਦੀ ਲਾਨਤ ਤੇ ਮੈਂ ਚੱਲੀ ਆ ਕੀ ਗੱਲ ਏ ਉੱਠ ਮੁੜ ਕੀ ਹੋਇਆ ਈ ਤੇਰੇ ਭਰਾ ਨੇ ਫੇਰ ਅੱਜ ਮੈਨੂੰ ਗਾਲਾਂ ਕੱਢੀਆਂ ਮਾਂ ਦੀਆਂ ਲੱਖ ਦੀ ਲਾਨਤ ਈ ਤੇਰੇ ਤੇ ਚੰਗੜੀਏ ਜਈਏ ਹਰ ਟਾਈਮ ਉਹਨਾਂ ਦੇ ਦਿਵਾਲੇ ਹੋਈ ਰਿਆ ਕਰ ਮੈਨੂੰ ਕਹਿ ਦਿਆ ਮੈਨੂੰ ਮੈਂ ਮੋੜ ਰਹਿਣਾ ਨਹੀਂ ਮੈਂ ਚੱਲੀ ਆ ਇਨਸਾਨ ਦੀ ਧੀ ਬਣ ਆਰਾਮ ਨਾਲ ਬੈ ਆ ਮੋੜ ਕੀ ਕਹਿੰਦੀ ਪਈ ਏ ਤੈਨੂੰ ਉਹ ਗੁੱਡੂ ਤੂੰ ਆ ਮੋੜ ਕੀ ਕਹਿੰਦੀ ਪਈ ਏ ਬਾਦਰੀ ਜਈ ਨਾ ਹੋਵੇ ਤੇ ਯਾ ਕਰ ਤੇਰੀ ਪਰਜਾਈ ਆ ਯਾ ਕੀ ਕਰਾਂ ਨੇ ਮੈਨੂੰ ਮਾਂ ਦੀ ਗਾਲਾਂ ਕੱਢੀਆਂ ਨੇ ਮੇਰੇ ਸਿਰ ਤੇ ਜੁੱਤੀ ਮਾਰੀ ਜੁੱਤੀ ਕਾ ਤੋਂ ਮਾਰੀ ਇਹਨੇ ਉਹ ਮਾਰੀ ਜੁੱਤੀ ਤੂੰ ਇਹਨੇ ਮੈਨੂੰ ਮਾਂ ਦੀ ਗਾਲ ਕੱਢੀ ਫੇਰ ਮੈਂ ਲੋ ਇਹਨੇ ਮੈਨੂੰ ਮਾਂ ਦੀ ਗਾਲ ਕੱਢੀ ਏ ਮੈਂ ਚੋਰ ਦੀ ਤਾਂ ਦੀ ਤੂੰ ਸਾਡਾ ਸਾਈਕਲ ਲੈ ਗਿਆ ਉਹ ਤੁਸੀਂ ਇੱਕ ਦੂਜੇ ਨੂੰ ਗਾਲੋ ਗਾਲੀ ਹੋਏ ਰਹੇ ਹੋ ਇਹ ਗਾਲਾਂ ਕੱਢਦੀ ਏ ਰੋਂਦੀ ਆਪਣੀ ਬੋਥੀ ਨੂੰ ਮੋੜ ਸਾਈਕਲ ਚੋਰੀ ਹੋ ਗਈ ਗੁੱਡੂ ਯਾ ਕਰ ਤੇਰੀ ਪਰਜਾਈ ਯਾ ਕੀ ਕਰਾਂ ਤੂੰ ਵੀ ਇਹਦੇ ਨਾਲ ਰਲਿਆ ਤੂੰ ਮੇਰੇ ਮੂੰਹ ਤੇ ਪਿਆ ਬੋਲਣਾ ਉਹਨੂੰ ਤੇ ਬਦਤਮੀਜ਼ ਆ ਬੜੀ ਬਦਤਮੀਜ਼ੀ ਕਰਦੀ ਏ ਮੇਰੇ ਨਾਲ ਉਹ ਕੋਈ ਕਹਦਾ ਇਲਾਜ ਕਰਵਾ ਬਗੈਰਤ ਇਨਸਾਨ ਨਾਲ ਦਾ ਕੁੱਤਾ ਔਰ ਤੂੰ ਵੀ ਮੈਨੂੰ ਇਹਦੇ ਪਿੱਛੇ ਲਾ ਕੇ ਚੱਲ ਤੇਰੇ ਮਨ ਉੱਠ ਜਾ ਅਬ ਮੈਂ ਕਿਤੇ ਉੱਠਾਂ
बड़े पुआड़ियां दी जड़ बनी खली तू मी मर गया हूं पौन के बहाए मैं पत्ते लाके आया कुत्ते ने मेनू पौना गुड्डू कित कमल दीना पानी ची वाड़ी धाती थी जो पानी लान के मैं पत्ते लाके तलाए नहीं तो कुत्तू ने लान के मेनू पौना उन्हें साडा कुत्ता मार के चंगी नहीं की गुड्डू ने बताई नरी तंगी कितने धाते न और कमल दीना अगू बोलना मैं की बोलना गुड्डू नाल वैर गुड्डू अज तू बाद दस दई जे मेरी बीबी नाल कोई शरीका विड़िया या कोई साडे दोवां जीआं दे विच दखल अंदाजी की मैं तेनू तिन्नां नू वढ के सुट देंगा। चल छड्ड दे इहनू मुड़।